ਇੱਥੇ ਲਾਇਆ ਸੀ ਆਪਾਂ ਰਾਤ ਟੈਂਟ, ਤੇ ਹੁਣ ਥੋੜ੍ਹਾ ਬਹੁਤਾ ਸਮਾਨ ਕੱਢ ਕੇ ਆਪਾਂ ਇੱਧਰ ਸਾਈਕਲ ਦੇ ਉੱਪਰ ਲੱਦ ਲਿਆ, ਜਿਹੜਾ ਥੋੜ੍ਹਾ ਜਿਹਾ ਰਹਿ ਗਿਆ ਉਹ ਆਪਾਂ ਲੱਦਦੇ ਹਾਂ। ਟਾਈਮ ਹੋ ਗਿਆ ਸਵੇਰ ਦੇ 4:45, ਅਤੇ ਬਸ ਟੈਂਟ ਰਹਿ ਗਿਆ ਇਕੱਠਾ ਕਰਨ ਵਾਲਾ। ਟੈਂਟ ਇਕੱਠਾ ਕਰਕੇ ਫਿਰ ਆਪਾਂ ਇੱਥੋਂ ਤੁਰਦੇ ਹਾਂ ਆਪਣੇ ਸਫ਼ਰ ਦਾ ਜਿਹੜਾ ਲਾਸਟ ਦਰਾ, ਇੱਧਰ ਰਹਿ ਗਿਆ ਜਿਹੜੀ ਸਾਹਮਣੇ ਬਰਫ਼ ਪਈ ਦਿਖਦੀ ਆ 12 ਲਾਚਾ, 12-13 ਕਿਲੋਮੀਟਰ ਹੀ ਆ। ਅਤੇ ਅੱਜ ਫਿਰ ਆਪਾਂ ਇੱਥੋਂ ਕਰਕੇ ਕ੍ਰੋਸ 12 ਲਾਚਾ ਪਹੁੰਚਦੇ ਹਾਂ ਨੈੱਟਵਰਕ 'ਚ। ਉਮੀਦ ਆ ਏਅਰਟੈੱਲ ਦਾ ਨੈੱਟਵਰਕ ਮਿਲ ਜੂ ਅੱਗੇ ਜਾ ਕੇ। ਆਪਾਂ ਜਾਈ ਜਾਂਦੇ ਹਾਂ 12 ਲਾਚਾ ਪਾਸਲ ਦੀ, ਉਤਰਾਈ ਇਹਦੀ ਖਾਸੀ ਦੱਸਦੇ ਆ, ਪਰ ਚੜ੍ਹਾਈ ਇੱਧਰੋਂ ਕੋਈ ਬਾਹਲੀ ਜ਼ਿਆਦਾ ਨਹੀਂ ਇਹਦੀ ਅਜੇ ਤੱਕ ਲੱਗ ਰਹੀ। ਵਿੱਚ ਵਿੱਚ ਕਦੇ ਕਦੇ ਜਿਹੜੀ ਸੜਕ ਆ ਉਹ ਜਮ੍ਹਾਂ ਪੱਧਰੀ ਆ ਜਾਂਦੀ, ਜਿਵੇਂ ਹੁਣ ਸਾਹਮਣੇ ਸੜਕ ਪੱਧਰੀ ਆ ਅਤੇ ਮੂਹਰੇ ਮਾੜੀ ਮੋਟੀ ਢਾਲ ਵੀ ਮਿਲ ਜਾਂਦੀ ਕਈ ਵਾਰੀ। ਅਤੇ ਬਸ ਹੌਲੀ ਹੌਲੀ ਪਹੁੰਚਦੇ ਆਪਾਂ 12 ਲਾਚਾ ਪਾਸ 'ਤੇ, ਆ ਜਾਓ। ਹਾਂਜੀ, ਅਤੇ ਆਪਾਂ ਹੈਗੇ ਹਾਂ ਜਿਹੜਾ 12 ਲਾਚਾ ਟੋਪ ਆ ਉਹ ਤੋਂ ਬਸ 5-6 ਕਿਲੋਮੀਟਰ ਪਿੱਛੇ ਹਾਂ। ਅਤੇ ਠੰਡ ਜੀ ਬਾਹਲੀ ਮਹਿਸੂਸ ਹੋਈ ਜਾਂਦੀ ਸੀਗੀ, ਅਤੇ ਇੱਥੇ 6 ਕਿਲੋਮੀਟਰ ਪਿੱਛੇ ਆ ਕਈ ਢਾਬੇ ਆਉਂਦੇ ਆ, ਇੱਥੇ ਹੈਗੇ ਆ 5-6 ਢਾਬੇ ਇੱਥੇ ਛੋਟੇ ਛੋਟੇ, ਅਤੇ ਇਹਨਾਂ ਨੂੰ ਚਾਹ ਕਿਹਾ ਵੀ ਚਾਹ ਬਣਾ ਦਿਓ ਕੈਡੀ ਜੀ, ਅਤੇ ਮਾੜਾ ਜਿਹਾ ਸਰੀਰ ਗਰਮ ਕਰਕੇ ਫਿਰ ਇੱਥੇ ਤੁਰਦੇ ਆਪਾਂ 12 ਲਾਚਾ ਲਈ। ਉਹ ਸਾਹਮਣੇ ਰਹਿ ਗਿਆ ਆਪਣੇ ਸਫ਼ਰ ਦਾ ਅਖੀਰਲਾ ਦਰਾ 12 ਲਾਚਾ ਪਾਸ, ਅਤੇ ਆਹ ਇੱਥੋਂ ਦਾ ਆਲਾ ਦੁਆਲਾ 12 ਲਾਚਾ ਦੀ ਚੜ੍ਹਾਈ ਤਿੱਖੀ ਹੋ ਗਈ। ਹੁਣ ਇੱਥੋਂ ਪਿੱਛੋਂ ਥੋੜ੍ਹਾ ਜਿਹਾ ਪੱਧਰ ਤੁਰੇ ਆਏ ਹਾਂ। ਸੜਕ ਦੇ ਨਾਲ ਨਾਲ ਬਰਫ਼ ਦੀ ਬਹੁਤ ਵੱਡੀ ਧੜ ਜੰਮੀ ਪਈ ਆ, ਅਤੇ ਬਰਫ਼ ਦੇ ਥੱਲਿਆਂ ਦੀ ਆਈ ਜਾਂਦਾ ਪਾਣੀ, ਅਤੇ ਪਾਣੀ ਆਉਂਦਾ ਕਿੱਥੋਂ ਆ, ਪਾਣੀ ਆਉਂਦਾ ਉਹ ਸਾਹਮਣੇ TC ਤੋਂ, ਉੱਪਰੋਂ ਹੀ ਬਰਫ਼ ਖੁਰ ਖੁਰ ਕੇ ਆਉਂਦੀ ਆ, ਇੱਥੇ ਬਰਫ਼ ਜੰਮੀ ਪਈ ਆ ਅਤੇ ਥੱਲੇ ਦੀ ਪਾਣੀ ਆਈ ਜਾਂਦਾ, ਅਤੇ ਜਿੱਥੇ ਕਿੱਥੇ ਸੜਕ 'ਤੇ ਬਰਫ਼ ਪੈਂਦੀ ਆ ਉੱਥੇ ਫਿਰ ਸੜਕ ਦਾ ਹਾਲ ਥੋੜ੍ਹਾ ਜਿਹਾ ਮੰਦਾ ਹੋ ਜਾਂਦਾ ਜਿਵੇਂ ਇਹਦਾ ਹੋਇਆ ਪਿਆ, ਅਤੇ ਫਿਰ ਸੜਕ ਦਾ ਨਾਂ ਨਿਸ਼ਾਨ ਨਹੀਂ ਰਹਿੰਦਾ ਕਿਉਂਕਿ ਸੜਕ 'ਤੇ ਜਦੋਂ ਬਰਫ਼ ਡਿੱਗਦੀ ਆ ਅਤੇ ਫਿਰ ਜਿਹੜੇ ਇਹ BR ਵਾਲੇ ਆ ਸੜਕ ਤੋਂ ਬਰਫ਼ ਬੁਰਫ਼ ਹਟਾਉਂਦੇ ਰਹਿੰਦੇ ਆ, ਪਰ ਜਿਹੜੀ ਬਰਫ਼ ਆ ਉਹ ਸੜਕ ਨੂੰ ਧੱਕ ਕੇ ਲੈ ਜਾਂਦੀ ਆ। ਅਤੇ ਕਿਹੜਾ ਆ ਸੰਦਾ ਨਾਂ ਤਾਂ ਪਤਾ ਨਹੀਂ ਇਹਦਾ ਕੀ ਆ, ਪਰ ਇਹ ਸੜਕ ਤੋਂ ਬਰਫ਼ ਹਟਾਉਣ ਦੇ ਕੰਮ ਆਉਂਦਾ, ਕਹਿੰਦੇ ਇਹ ਧੱਕਦਾ ਧਰਤੀ ਨੂੰ ਕਹਿੰਦੇ। ਆਹ ਹਾਲਤ ਹੁੰਦੀ ਆ ਰਾਹਾਂ ਦੀ ਪਾਸਾਂ ਦੇ ਨੇੜੇ ਆ ਕੇ, ਇੱਕ ਤਾਂ ਸੜਕ ਨੂੰ ਖਰਾਬ ਹੋ ਜਾਂਦੀ ਆ, ਇੱਕ ਨਾਂਗਾ ਥੋੜ੍ਹਾ ਰਹਿ ਜਾਂਦਾ। ਆਪਾਂ ਵੀ ਹੁਣ ਅੱਗਾ ਪਿੱਛਾ ਦੇਖ ਕੇ ਟੱਪਦੇ ਹਾਂ ਇੱਥੋਂ, ਕੋਸ਼ਿਸ਼ ਕਰਾਂਗੇ ਬੂਟਾਂ 'ਚ ਪਾਣੀ ਨਾ ਪਵੇ। ਵਿਊ ਬਹੁਤ ਸੋਹਣੇ ਆ ਇੱਥੋਂ ਦੇ, ਪਰ ਇਕੱਲੇ ਬੰਦੇ ਨੂੰ ਔਖਾ ਹੋ ਜਾਂਦਾ ਸਫ਼ਰ 'ਚ, ਹੋਰ ਤਾਂ ਕੁਛ ਨਹੀਂ, ਫੋਟੋ ਫੋਟੋ ਕਰਾਉਣ ਵਾਲਾ ਕੰਮ ਔਖਾ ਹੋ ਜਾਂਦਾ ਇਕੱਲੇ ਬੰਦੇ ਨੂੰ, ਬਾਕੀ ਠੀਕ ਆ, ਕੋਈ ਇੰਨਾ ਸਫ਼ਰ ਕਰਨਾ ਔਖਾ ਨਹੀਂ ਜੇ ਬੰਦਾ ਇਕੱਲਾ ਵੀ ਹੋਵੇ, ਫੋਟੋ ਫੋਟੋ ਕਰਾਉਣ ਵਾਲਾ ਕੰਮ ਔਖਾ ਹੋ ਜਾਂਦਾ। ਉਹ ਸਾਹਮਣੇ ਲੱਗੀਆਂ ਝੰਡੀਆਂ ਤੋਂ ਲੱਗਦਾ ਤਾਂ ਇਹ 12 ਲਾਚਾ ਪਾਸ ਹੁੰਦਾ, ਪਰ ਨੇੜੇ ਜਾ ਕੇ ਦੇਣੇ ਕੀ ਆ, ਪਾਸ ਆ ਕੇ ਬਸ ਉਵੇਂ ਮੋੜ 'ਤੇ ਝੰਡੀਆਂ ਹੀ ਲਾਈਆਂ, ਪਰ ਜ਼ਿਆਦਾਤਰ ਇਹ ਝੰਡੀਆਂ ਹੀ ਉਮੀਦ ਹੁੰਦੀ ਆ ਪਾਸ 'ਤੇ ਲਾਈਆਂ ਹੁੰਦੀਆਂ, ਕੋਲੇ ਜਾ ਕੇ ਦੇਣੇ ਕੀ ਆ, ਨੇੜੇ ਹੀ ਆ ਨਾ ਬਈ ਪਾਸ ਅਜੇ ਦੋਗੇ ਦੱਸਦੇ ਆ, ਇਹ ਝੰਡੀਆਂ ਤਾਂ ਵੈਸੇ ਹੀ ਬੰਨ ਗਿਆ ਕੋਈ ਇੱਥੇ, ਚੱਲਦੇ ਹਾਂ। ਪਰ ਐਂ ਵੀ ਹੁਣ ਉਮੀਦ ਆ ਥੋੜ੍ਹਾ ਹੀ ਅੱਗੇ ਹੋਊ ਪਾਸ, ਇਸ ਤੋਂ ਬਾਹਲੀ ਜ਼ਿਆਦਾ ਦੂਰ ਨਹੀਂ ਹੋਣਾ। ਅਤੇ ਆਹ ਆ ਗਏ ਬਰਫ਼ ਨਾਲ ਲੱਦੇ ਡੱਬ ਖੜੱਬੇ ਪਹਾੜ, ਹਵਾ ਬਹੁਤ ਜ਼ਿਆਦਾ ਚੱਲੀ ਜਾਂਦੀ ਇੱਥੇ, ਅਤੇ ਹਵਾ ਹੈ ਵੀ ਬਹੁਤ ਠੰਡੀ, ਅਤੇ ਹੁਣ ਰੇਨਕੋਟ ਪਾਲ ਕੇ ਉੱਥੇ ਚੰਗੇ ਆਵਾਂਗੇ, ਨਹੀਂ ਬਿਮਾਰ ਹੋਵਾਂਗੇ। ਅਤੇ ਆਪਾਂ ਪਹੁੰਚ ਗਏ ਸੀ 12 ਲਾਚਾ ਪਾਸ, ਇਹਦਾ ਐਲਟੀਚਿਊਡ ਹੈਗਾ 4850 ਮੀਟਰ ਆ ਜਿਹੜੀ ਉਚਾਈ ਹੈ ਇਹਦੀ, ਸੁੰਦਰਤਾ ਤੋਂ ਫੁੱਟਾਂ 'ਚ ਨਹੀਂ ਲਿਖੀ, ਇੱਥੇ ਮੀਟਰਾਂ 'ਚ ਲਿਖੀ ਹੋਈ ਆ 4850 ਮੀਟਰ।
ਐ ਤੋਂ ਕਰਾਈ ਸੀ ਫੋਟੋ, ਇਹਨੂੰ ਪਤੰਦਰ ਨੂੰ ਹਿਸਾਬ ਹੀ ਨਹੀਂ ਫੋਟੋ ਖਿੱਚਣ ਦਾ, ਤਾਮਿਲਨਾਡੂ ਦਾ ਆਪ ਆ ਅਤੇ ਮੇਰੀ ਫੋਟੋ ਵੀ ਕਾਲੀ ਕਰਕੇ ਹੈ ਨਹੀਂ ਹੁਣ ਕੋਈ ਬੰਦਾ ਇੱਥੇ ਫੋਟੋ ਖਿਚਾਉਣ ਨੂੰ। ਚਾਹ ਜਿਹੋ ਜੀ ਆਈ ਆ ਠੀਕ ਆ, ਬਸ ਹੁਣ ਇੱਦੂ ਅੱਗੇ ਢਾਲ ਹੀ ਪੈਣੀ ਆਪਾਂ ਨੂੰ, ਅਤੇ ਪਾਸ ਪੂਸ ਚੜ੍ਹਨ ਵਾਲਾ ਕੰਮ ਹੁਣ ਆਪਣੇ ਸਫ਼ਰ 'ਚ ਨਿਬੜ ਗਿਆ। ਹੁਣ ਆਪਾਂ ਵੱਧਦੇ ਹਾਂ ਅੱਗੇ ਨੂੰ ਮਨਾਲੀ ਅੰਨੀ ਨੂੰ। 12 ਲਾਚੋ ਤੋਂ ਬਾਅਦ ਆਪਾਂ ਨੂੰ ਥੱਲੇ ਨੇਰੀ ਢਾਲ ਪੈਣੀ ਆ, ਅਤੇ ਉਦੋਂ ਬਾਅਦ ਆਪਾਂ ਉਤਰਾਂਗੇ ਜ਼ਿੰਗ ਜ਼ਿੰਗ ਬਾਰ। ਕੋਈ ਉਹਨੂੰ ਜ਼ਿੰਗ ਜ਼ਿੰਗ ਕਹਿ ਦਿੰਦਾ, ਕੋਈ ਉਹਨੂੰ ਜ਼ਿਗ ਜ਼ੈਗ ਵੀ ਕਹਿ ਦਿੰਦਾ। ਉਹਦਾ ਨਾਂ ਇਸ ਕਰਕੇ ਆ ਕਿਉਂਕਿ ਉਹ ਸੱਪ ਨੂੰ ਵਲ ਖਾਂਦੀਆਂ ਖਿੱਚੀਆਂ ਜਾਂਦੀਆਂ ਥੱਲੇ, ਜਿਵੇਂ ਆਪਾਂ ਨਕੀਲੇ ਪਾਸ ਤੋਂ ਬਾਅਦ ਉਹ ਉਤਰ ਕੇ ਆਏ ਹਾਂ ਗਾਟਾ ਲੂਪਸ, ਉਵੇਂ ਇਹਨੂੰ ਜਿਗ ਜਿਗ ਬਾਰ ਆਉਂਦੇ ਆ। ਅਤੇ ਇੱਥੋਂ ਆਪਾਂ ਉਤਰਨਾ ਬਚਾ ਬਚਾ ਕੇ, ਅਤੇ ਆਪਣੀ ਗੱਡੀ ਦਾ ਆਪਾਂ ਕਲੱਚ ਸਸਪੈਂਸ਼ਨ ਦਾ ਲੋਗ ਆਊਟ ਆ ਉਹ ਕਰ ਲਿਆ ਓਪਨ, ਕਿਉਂਕਿ ਹੁਣ ਥੱਲੇ ਢਾਲ ਆ, ਢਾਲ 'ਚ ਸ਼ੋਕਰਾਂ ਦਾ ਜਿਹੜਾ ਲੋਕ ਆ ਉਹ ਖੁੱਲ੍ਹੇ ਠੀਕ ਰਹਿੰਦਾ ਹੈਗਾ। ਅਤੇ ਹੁਣ ਫਿਰ ਚੱਲਦੇ ਹਾਂ ਥੱਲੇ ਨੂੰ, ਟੱਪਦੇ ਹਾਂ ਜ਼ਿੰਗ ਜ਼ਿੰਗ ਬਾਰ, ਦੇਣੇ ਫਿਰ ਅੱਜ ਕਿੱਥੇ ਰੁਕਣਾ। ਅਤੇ 12 ਲਾਚਾ ਦਰਾ ਉਤਰਦਿਆਂ ਨੂੰ ਆਪਾਂ ਨੂੰ ਆਉਂਦੀ ਆ ਸੂਰਜ ਤਾਲ ਲੇਕ, ਬਹੁਤ ਜ਼ਿਆਦਾ ਸਾਫ ਪਾਣੀ ਹੈ ਇਹਦਾ, ਐਂ ਪੂਰਾ ਆਸਮਾਨੀ ਰੰਗ ਆ ਪਾਣੀ ਦਾ, ਅਤੇ ਇੱਥੇ ਬਰਫ਼ ਖੁਰ ਖੁਰ ਕੇ ਇਕੱਠੀ ਹੋਈ ਜਾਂਦੀ ਆ। ਅਤੇ ਪਰ ਆਪਾਂ ਨੂੰ ਇਹ ਨਹੀਂ ਪਤਾ ਵੀ ਉਹਨੂੰ ਸੂਰਜ ਤਾਲ ਕਾਹਤੋਂ ਆਉਂਦੇ, ਉਹਦੇ ਪਿੱਛੇ ਕੀ ਕਾਰਨ ਆ, ਪਰ ਜਗ੍ਹਾ ਬਹੁਤ ਸੋਹਣੀ ਆ। ਹੈ ਇਕੱਲੇ ਜੇ ਨਾਲ ਇੱਕ ਬੰਦਾ ਹੁੰਦਾ ਥੱਲੇ ਜਾ ਕੇ ਫੋਟੋ ਫੋਟੋ ਕਰਾਉਣ ਨੂੰ, ਬਹੁਤ ਸੋਹਣੀ ਚੀਜ਼ ਆ ਇਹ। ਅਤੇ ਇੱਥੋਂ ਤੁਰਨ ਤੋਂ ਪਹਿਲਾਂ ਆ ਇੱਕ ਹੋਰ ਵਿਊ ਸੂਰਜ ਤਾਲ ਦੇਖਦਾ। ਅੱਜ ਬਹੁਤ ਨੇਰਾ ਆਈ ਜਾਂਦਾ, ਇੱਕ ਤਾਂ ਪਾਸਾਂ ਪੂਸਾਂ ਵਾਲਾ ਕੰਮ ਸਾਰਾ ਨਿਬੜ ਗਿਆ, ਹੁਣ ਇੱਦੂ ਬਾਅਦ ਢਾਲ ਹੀ ਆ, ਅਤੇ ਇੱਕ ਹੌਲੀ ਹੌਲੀ ਪਿੰਡ ਦੇ ਨੇੜੇ ਹੋਈ ਜਾਂਦੇ ਹਾਂ, ਅਤੇ ਬਾਕੀ ਰਾਹ ਵੀ ਸੋਹਣਾ ਜਿਹੜਾ ਉਤਰੀ ਜਾਂਦੇ ਹਾਂ ਜਿੰਗ ਜਿੰਗ ਬਾਰ। ਹੁਣ ਬਸ ਇਕੱਲਾ ਬ੍ਰੇਕਾਂ 'ਤੇ ਹੀ ਕੰਸਨਟ੍ਰੇਟ ਕਰਨਾ, ਪੈਡਲ ਮਾਰਨ ਦੀ ਨਹੀਂ ਲੋੜ। ਉਹਨੂੰ ਕਹਿੰਦੇ ਆ ਜਿੰਗ ਜਿੰਗ ਬਾਰ ਜਿਹੜੀ ਸਾਹਮਣੇ ਆ, ਭੁਲੇਖੇ 'ਚ ਸੀਗੇ ਜਿਹੜੀ ਉਤਰੀ ਜਾਂਦੇ ਆ ਉਹ ਨਹੀਂ, ਜਿਹੜੀ ਸਾਹਮਣੇ ਜਾਂਦੀ ਆ ਸੱਪਾਂ ਨੂੰ ਵਾਲਖਾਂ ਦੀ ਸੜਕ, ਉਹਨੂੰ ਜਿੰਗ ਜਿੰਗ ਬਾਰ ਆਉਂਦੇ ਆ। ਸੂਰਜ ਤਾਲ ਤੋਂ ਬਾਅਦ ਇੱਕ ਝੀਲ ਹੋਰ ਆਉਂਦੀ ਆ ਇੱਥੇ, ਇਹਨੂੰ ਕਹਿੰਦੇ ਦੀਪਕ ਤਾਲ, ਉਹਦੇ ਵਾਂਗੂ ਹੀ ਇਹਦਾ ਪਾਣੀ ਆ ਸਾਫ਼ ਆ, ਪਰ ਐਂ ਵੀ ਇੱਥੇ ਰੌਣਕ ਮੇਲਾ ਜਾਂ ਬਾਹਲਾ ਜਨਤਾ ਬਾਹਲੀ ਇਕੱਠੀ ਹੋਈ ਖੜੀ, ਇੱਥੇ ਉੱਥੇ ਜਮਾਂ ਹੀ ਸੁੰਨ ਸਰਾਂ ਸੀ। ਇੱਕ ਚੀਜ਼ ਹੋਰ ਜਿਹੜਾ ਤੁਹਾਨੂੰ ਦੱਸਿਆ ਸੀਗਾ ਸਾਈਕਲਿੰਗ ਵਾਲਾ, ਇਹ ਐਂ ਕਰਕੇ ਐਂ ਲੱਤ ਲੈਂਦੇ ਆ, ਜਿੱਥੇ ਚੜ੍ਹਾਈ ਹੁੰਦੀ ਉੱਥੇ ਗੱਡੀ 'ਚ ਪਾਸ 'ਤੇ ਲਿਜਾ ਕੇ ਫੋਟੋ ਫੋਟੋ ਕਰਾ ਲੈਂਦੇ ਆ। 12 ਲਾਚਾ ਤੋਂ ਲੈ ਕੇ ਮਨਾਲੀ ਤੱਕ ਸਾਰੀ ਸੜਕ ਜਿਹੜੀ ਉਹ ਚੌੜੀ ਕਰੀ ਜਾਂਦੇ ਵਿੱਚੋਂ, ਕਿਤੋਂ ਕਿਤੋਂ ਚੌੜੀ ਹੋ ਵੀ ਗਈ ਜਿਹੜੀ ਸੜਕ 'ਤੇ ਆਏ ਆਪਾਂ, ਇਹ ਹੁਣ ਸੜਕ ਚੌੜੀ ਕਰੀ ਵੀ ਆ, ਤਾਂ ਨਵਾਂ ਪੁਲ ਆ ਉੱਧਰਲੇ ਪਾਸੇ ਉਹ ਪੁਰਾਣਾ ਪੁਲ ਆ, ਅਤੇ ਉਹ ਪੁਰਾਣੀ ਸੜਕ ਆ, ਅਤੇ ਆ ਜਿਹੜੀ ਇਹ ਨਵੀਂ ਸੜਕ ਬਣਾਈ। ਇਹ ਆ ਰੰਗ ਰੂਪ ਹਿਮਾਚਲ ਦਾ। ਦਾਰਚਾ ਰਹਿ ਗਿਆ ਇੱਥੋਂ 7 ਕਿਲੋਮੀਟਰ, ਅਤੇ ਨੈੱਟਵਰਕ ਕਦੇ ਆ ਜਾਂਦਾ ਕਦੇ ਉੱਡ ਜਾਂਦਾ, ਹਿਸਾਬ ਜਾਣੀ ਅਤੇ ਦਾਰਚਾ ਜਾ ਕੇ ਦੱਸਦੇ ਸੀ ਆਪਾਂ ਨੂੰ ਨੈੱਟਵਰਕ ਮਿਲ ਜੂ, ਅਤੇ ਫਿਰ ਆਪਾਂ ਦਾਰਚੇ ਜਾ ਕੇ ਦੇਣੇ ਆ ਵੀ ਅੱਜ ਕਿੱਥੇ ਰੁਕਣਾ, ਕਿਹੜਾ ਨੈੱਟਵਰਕ ਆਵੇ। ਫਿਰ ਆਪਾਂ ਨੂੰ ਜਿੱਥੇ ਆਪਾਂ ਗਾਂਹ ਰੁਕਣ ਦੀ ਸੋਚਦੇ ਹਾਂ ਉੱਥੋਂ ਦੀ ਦੂਰੀ ਦਾ ਆਪਾਂ ਨੂੰ ਪਤਾ ਲੱਗ ਜੂ ਦਾਰਚੇ ਤੋਂ ਕਿੰਨੀ ਅੱਗੇ ਆ, ਫਿਰ ਦਾਰਚਾ ਥੋੜ੍ਹੀ ਜਿਹੀ ਅੱਗੇ ਰੁਕ ਜਾਵਾਂਗੇ। ਦਾਰਚਾ ਪਹੁੰਚ ਗਏ ਸੀ ਆਪਾਂ, ਟਾਈਮ ਹੋਇਆ ਦੁਪਹਿਰ ਦੇ 1:30 ਵਜੇ ਅਜੇ, ਅਤੇ ਦਾਰਚਾ ਤੋਂ ਵਗੈਰਾ ਆਪਾਂ ਅੱਗੇ ਨਿਕਲਦੇ ਹਾਂ। ਇੱਥੋਂ ਹੈਗਾ 8.5 ਕਿਲੋਮੀਟਰ ਹੈਗਾ ਜਸਪਾ, ਜਸਪੇ ਜਾ ਕੇ ਦੇਣੇ ਕੋਈ ATM ਮਿਲ ਗਿਆ ਤਾਂ ਠੀਕ ਆ, ਅਤੇ ਜੇ ਬਾਕੀ ਆਪਣੇ ਕੋਲ ਟਾਈਮ ਬਚਿਆ ਫਿਰ ਟਰਾਈ ਕਰਾਂਗੇ ਜਸਪੇ ਤੋਂ ਅੱਗੇ ਜਾਣ ਦੀ। ਆ ਗਿਆ ਦਾਰਚਾ ਬ੍ਰਿਜ, ਇਹਦੀ ਖਾਸੀਅਤ ਕੀ ਆ, ਇਹ ਜਿਹੜਾ ਮਨਾਲੀ ਲੇਹ ਹਾਈਵੇ ਆ ਉਹਦਾ ਸਭ ਤੋਂ ਲੰਬਾ ਪੁਲ ਆ ਇਹ ਦਾਰਚਾ ਬ੍ਰਿਜ, ਇਸੇ ਦਰਿਆ 'ਤੇ ਬਣਿਆ ਵਾ ਇਹ ਦਾਰਚਾ। ਜਸਪੇ ਪਹੁੰਚ ਗਏ ਅਤੇ ਰੋਟੀ ਖਾ ਲਈ ਇੱਥੇ,
ਪਹਿਲਾਂ ਜਸਪ੍ਰੀਤ ਟਿਕ ਆਉਂਦਾ ਸੀਗਾ, ਜਸਪ੍ਰੀਤ ਟਿਕ ਜਾਵਾਂਗੇ, ਅਤੇ ਪਰ ਇੱਥੋਂ ਕਲੋਂਗ ਹੈਗਾ 20 ਕਿਲੋਮੀਟਰ ਦੂਰ। ਹੁਣ ਆਪਾਂ ਕਲੋਂਗ ਜਾ ਕੇ ਰੁਕਾਂਗੇ, ਰੋਕ ਇੱਥੇ ਵੀ ਜਾਂਦੇ, ਐਂ ਹੋ ਗਿਆ ਵੀ ਇੱਕ ਤਾਂ ਹਜੇ ਟਾਈਮ ਪਿਆ 2:30 ਵਜੇ ਆ, ਜਾਵੜਾਂ ਕਲੋਂਗ ਆਰਾਮਦਾਰੀ ਨਾਲ, ਡਾਊਨ ਹੀ ਦੱਸਦੇ ਉੱਥੋਂ 20 ਕਿਲੋਮੀਟਰ ਹੀ ਆ। ਅਤੇ ਦੂਜੀ ਵੱਡੀ ਗੱਲ, ਇੱਥੇ ਜਸਪੇ ਨੈਟਵਰਕ ਹੈ ਨਹੀਂ, ਏਅਰਟੈੱਲ ਦਾ ਇਕੱਲਾ ਜੀਓ ਦਾ ਹੀ ਆ, ਅਤੇ ਆਪਣੇ ਕੋਲ ਏਅਰਟੈੱਲ ਆ, ਅਤੇ ਹੁਣ ਨੈਟਵਰਕ ਦੇ ਮਾਰਿਆਂ ਨੇ ਅੱਜ ਵੱਧ ਖਿੱਚਿਆ ਸਾਈਕਲ ਥੋੜ੍ਹਾ ਜਿਹਾ, ਅਤੇ ਨੈਟਵਰਕ ਉੱਥੇ ਦਾਰਚਾ ਸੀਗਾ ਏਅਰਟੈੱਲ ਦਾ, ਅਤੇ ਇੱਥੇ ਜਸਪੇ ਹੈ ਨਹੀਂ, ਹੁਣ ਕਹਿੰਦੇ ਕਲੋਂਗ ਫਿਰ ਹੈਗਾ ਏਅਰਟੈੱਲ ਦਾ ਨੈਟਵਰਕ, ਅਤੇ ਹੁਣ ਫਿਰ ਕਹਿੰਦਾ ਇੱਥੋਂ ਜਸਪੇ ਤੋਂ ਚੱਲਦੇ ਹਾਂ ਆਪਾਂ, ਅਤੇ ਹੁਣ ਕਲੋਂਗ ਜਾ ਕੇ ਰੁਕਦੇ ਹਾਂ। ਜਾਈ ਜਾਂਦੇ ਆਪਾਂ ਕਲੋਂਗ ਲਈ, ਅਤੇ ਬੱਦਲਬਾਈ ਵਾਹਵਾ ਹੋਈ ਪਈ, ਇੱਥੇ ਮੀਂਹ ਦੇ ਚਾਂਸ ਲੱਗਦੇ ਅੱਜ, ਦਰੱਖਤਾਂ ਵਾਲੇ ਏਰੀਏ ਜਾ ਗਏ ਆਪਾਂ। ਹਾਂਜੀ, ਅਤੇ ਕਲੋਂਗ ਪਹੁੰਚ ਗਏ ਸੀ ਆਪਾਂ, ਅਤੇ ਹੁਣ ਇੱਥੇ ਕਿਤੇ ਰਹਿਣ ਦਾ ਦੇਣੇ ਆਪਾਂ, ਟੈਂਟ ਵਾਲਾ ਜਗਾੜ ਦੇਖਾਂਗੇ, ਕਿਤੇ ਟੈਂਟ ਦਾ ਲੋਟ ਆਉਂਦਾ ਹੋਇਆ ਤਾਂ ਟੈਂਟ ਲਾਵਾਂਗੇ, ਨਹੀਂ ਫਿਰ ਹੋਟਲ 'ਚ ਰਹਿਣਾ ਪੈਣਾ ਇੱਥੇ।